ਗੱਲਬਾਤ ਮੈਂ ਵਾਰਡ ਦੀ ਡਿਊਟੀ ਲਾਈ ਹੈ ਮੇਰੇ ਐਮ ਐਲ ਏ ਸਾਹਿਬ ਨੇ ਕਿਹੜੇ ਐਮ ਐਲ ਏ ਡਾਕਟਰ ਜਸਵੀਰ ਸਿੰਘ ਸੰਧਾ ਜੀ ਅਤੇ ਵਾਰਡ ਦੇ ਵਿੱਚ ਗਾਰ ਦੀ ਨਾਲ ਘਟਾਉਂਦੇ ਪਏ ਸੀ ਸੀਵਰ ਦੀ ਉਹ ਗੱਡੀ ਜਿਹੜੀ ਹੈ ਉਹ ਅੱਜ ਮੈਨੂੰ ਮਿਲੀ ਸੀ ਕਿ ਮੈਂ ਅੱਜ ਘਟਾਉਣ ਗਿਆ ਸੀ ਥੋੜ੍ਹਾ ਮਾਈਕ ਲੈ ਕੇ ਸਪੋਂਸਰ ਹੈ ਸੁਰਿੰਦਰ ਚੌਧਰੀ ਉਹਦਾ ਮੁੰਡਾ ਇਹ ਦੋਨੋਂ ਜਣੇ ਆ ਗਏ ਉਹ ਗੱਡੀ ਨੂੰ ਕਹਿੰਦੇ ਨਹੀਂ ਅਸੀਂ ਲੈ ਕੇ ਜਾਣਾ ਉਹਨਾਂ ਨੇ ਉਹਦੇ ਅੱਗੇ ਉੱਥੇ ਬਹਿਸਬਾਜ਼ੀ ਕਰ ਦਿੱਤੀ ਜੀ ਜੋ ਕਿ ਜਿਹੜੀਆਂ ਕੰਪਲੇਟਾਂ ਮੇਰੀਆਂ ਸੀ ਉਹਨਾਂ ਨੂੰ ਛੱਡ ਕੇ ਅਤੇ ਗਾਹ ਨੂੰ ਤੁਰ ਗਏ ਮੈਂ ਉਹਨਾਂ ਨੂੰ ਗੱਡੀ ਵਾਲੇ ਨੂੰ ਕਿਹਾ ਕਿ ਹਾਂ ਵੀ ਕੰਪਲੇਟਾਂ ਜਿਹੜੀਆਂ ਨੇ ਪਹਿਲਾਂ ਉਹ ਕੰਪਲੇਟ ਕਰੋ ਮੇਰੇ ਵਾਲੀਆਂ ਉਸ ਤੋਂ ਬਾਅਦ ਜਦੋਂ ਮਿੱਟੀ ਜਾਓ ਉਹਦੇ ਪਿੱਛੇ ਇਹਨਾਂ ਨੇ ਮੈਨੂੰ ਗੱਲ ਗਲੋਚ ਕਰਨਾ ਚਾਲੂ ਕਰ ਦਿੱਤਾ ਉਸ ਤੋਂ ਬਾਅਦ ਇਹਨਾਂ ਮੁੰਡੇ ਬੁਲਾ ਲਏ ਮੈਂ ਅਤੇ ਮੇਰਾ ਬ੍ਰਦਰ ਸੀ ਨਾਲ ਅਸੀਂ ਦੋ ਜਣੇ ਸੀ ਇਹਨਾਂ ਨੇ ਸਾਡੇ ਇੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਬਚਾ ਦਿੱਤਾ ਸਗੋਂ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਹੋਰ ਮੁੰਡੇ ਬੁਲਾ ਲਏ 10-12 ਉਹਨਾਂ ਵੇਖੇ ਉਹਨਾਂ ਨੇ ਆ ਕੇ ਉਹਨਾਂ ਦੇ ਇੱਕ ਨੇ ਗੋਲੀ ਚਲਾਈ ਪਹਿਲਾਂ ਵਾਰੀ ਫਿਰ ਕੀਤਾ ਬਾਅਦ ਵਿੱਚ ਉਹਨੇ ਸਿੱਧੀ ਗੋਲੀ ਚਲਾਈ ਉਹ ਜਿਹੜੀ ਗੋਲੀ ਹੈ ਉਹ ਮੇਰੇ ਬ੍ਰਦਰ ਦੇ ਪੱਟ ਦੇ ਯਾਨੀ ਕਿ ਪਿਸ਼ਾਬ ਕਰਨ ਵਾਲੀ ਜਗ੍ਹਾ ਤੋਂ ਉੱਥੇ ਲੱਗ ਗਈ ਅਤੇ ਸਾਈਡ ਤੋਂ ਪੈਸ ਹੋ ਗਿਆ ਕੀ ਨਾਮ ਹੈ ਅਤੇ ਕਿੰਨੀ ਉਮਰ ਉਹਨਾਂ ਦੀ 48 ਸਾਲ ਉਮਰ ਹੈ ਉਹਨਾਂ ਦੀ ਅਮਨ ਕੁਮਾਰ ਰਿੰਕੂ ਨਾਮ ਹੈ ਅਤੇ ਜਿਹਨਾਂ ਨੇ ਵਾਰਦਾਤ ਕੀਤੀ ਉਹ ਕੌਣ ਹੈ ਵਿਅਕਤੀ ਆਪਣਾ ਕਿੰਨਾ ਸੰਬੰਧ ਰੱਖਦੇ ਕਿਹੜੇ ਲੀਡਰ ਹਨ ਉਹ ਕਾਂਗਰਸ ਪਾਰਟੀ ਨਾਲ ਬਿਲੋਂਗ ਕਰਦਾ ਹੈ ਸੁਰਿੰਦਰ ਚੌਧਰੀ ਉਹਦਾ ਮੁੰਡਾ ਪਵਨ ਚੌਧਰੀ ਨਾਲ ਉਹਦੇ ਮੁੰਡਾ ਹਰਮਨ ਹੁੰਦਲ ਹੈ ਠੀਕ ਹੈ ਜੀ ਇੱਕ ਮੁੰਡਾ ਬੇਦੀ ਹੈ ਉਹਦੇ ਨਾਲ ਅਤੇ ਇੱਕ ਕਰਮਨ ਸਰੀਨ ਹੈ ਇਹ ਪੰਜ ਜਣਿਆਂ ਨੂੰ ਤਾਂ ਮੈਂ ਪਛਾਣਨਾ ਬਾਕੀ 10-12 ਬਗੈਰ ਹੈਗੇ ਸੀ ਅਣਪਛਾਣੇ ਅਤੇ ਇਹਨਾਂ ਲੋਕਾਂ ਨੇ ਕਹਿਣ ਦਾ ਮਤਲਬ ਇਹਨਾਂ ਨੇ ਬੁਲਾ ਕੇ ਠੀਕ ਹੈ ਮਾਮਲਾ ਇਹ ਆ ਵੀ ਸਵੇਰੇ ਇੱਥੇ ਆਜ਼ਾਦ ਨਗਰ ਗਲੀ ਨੰਬਰ 3 'ਚ ਕੋਈ ਗਟਰ ਸਾਫ਼ ਸੁਫ਼ ਕਰਨ ਲਈ ਕਾਰਪੋਰੇਸ਼ਨ ਵੱਲ ਮਸ਼ੀਨ ਭੇਜੀ ਗਈ ਸੀ ਇੱਥੇ ਦੋ ਪਾਰਟੀਆਂ ਦਾ ਇੱਕ ਸਾਬਕਾ ਕੌਂਸਲਰ ਆ ਸੁਰਿੰਦਰ ਚੌਧਰੀ ਅਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦਾ ਡਿੰਪਲ ਅਰੋੜਾ ਉਹਨਾਂ ਦੀ ਇਸ ਹਲਕੇ 'ਤੇ ਲੈ ਕੇ ਚੱਲਦੀ ਰਹਿੰਦੀ ਕਸ਼ਮਕਸ਼ ਉਸੇ ਤੋਂ ਹੀ ਇਹਨਾਂ ਦੀ ਤੂਤੂ ਮੈਮ ਹੀ ਉਸੇ 'ਚ ਬੰਦੇ ਆਏ ਤਾਂ ਉਹਨਾਂ ਨੇ ਫਾਇਰ ਕੀਤੇ ਜਿਹੜੀ ਕਿ ਉਹਨਾਂ ਦੇ ਲੱਗੀ ਹੈ ਉਹਨਾਂ ਨੂੰ ਤਾਂ ਦੋ ਹੋਇਆ ਇੱਕ ਹਵਾਈ ਹੋਇਆ ਅਤੇ ਇੱਕ ਸਿੱਧਾ ਹੋਇਆ ਬਸ ਕਰ ਰਹੇ ਹਾਂ ਕਾਰਵਾਈ ਬਿਆਨ ਦਰਜ ਕਰ ਰਹੇ ਹਾਂ ਕਰਨ ਤੋਂ ਬਾਅਦ ਚੋ ਅਮਨ ਕੁਮਾਰ ਆ ਹਾਂਜੀ ਇਹ ਡਿੰਪਲ ਅਰੋੜਾ ਆਮ ਆਦਮੀ ਪਾਰਟੀ ਵੱਲੋਂ